ਦੇ ਸਟੂਡੈਂਟਸ ਵੈਲਕਮ ਅਗੇਨ ਅੱਜ ਦੀ ਵੀਡੀਓ ਦੇ ਵਿੱਚ ਆਪਣਾ ਟਾਪਿਕ ਹੈ ਕੌਜ਼ਸ ਆਫ ਪੋਵਰਟੀ ਗਰੀਬੀ ਦੇ ਕਾਰਨ ਕਿ ਜਿਹੜੀ ਗਰੀਬੀ ਹੈ ਉਹ ਕਿਉਂ ਆਉਂਦੀ ਹੈ ਕਿਹੜੇ ਕਿਹੜੇ ਕਾਰਨ ਨੇ ਫਰਸਟ ਹੈ ਇਨਕਰੀਜ਼ਿੰਗ ਪਾਪੂਲੇਸ਼ਨ ਸਭ ਤੋਂ ਪਹਿਲਾਂ ਤੇ ਜਿਹੜਾ ਮੇਨ ਰੀਜ਼ਨ ਇਹ ਹੈ ਕਿ ਜਿਹੜੀ ਪਾਪੂਲੇਸ਼ਨ ਹੈ ਉਹਦੇ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਜਿਸ ਦੇ ਕਰਕੇ ਜਿਹੜੇ ਲੋਕ ਨੇ ਉਹ ਆਪਣੀਆਂ ਲੋੜਾਂ ਦੀ ਪੂਰਤੀ ਕਰਨ ਤੋਂ ਅਸਮਰੱਥ ਹੋ ਜਾਂਦੇ ਨੇ ਤੇ ਜਿਹੜੀ ਗਰੀਬੀ ਹੈ ਉਹ ਆ ਜਾਂਦੀ ਹੈ ਜਿਹੜੀ ਆਪਣੀ ਇੰਡੀਆ ਦੀ ਪਾਪੂਲੇਸ਼ਨ ਹੈ ਤੁਸੀਂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਵਰਲਡ ਦੇ ਵਿੱਚ ਅਸੀਂ ਦੂਸਰੇ ਨੰਬਰ ਤੇ ਆ ਪਾਪੂਲੇਸ਼ਨ ਦੇ ਅਕੋਰਡਿੰਗ ਜੇਕਰ ਅਸੀਂ ਆਪਣੇ ਆਪ ਨੂੰ ਦੇਖੀਏ ਤਾਂ ਇਹ ਇੰਡੀਆ ਦੇ ਵਿੱਚ ਜਿਹੜੀ ਪੋਵਰਟੀ ਹੈ ਗਰੀਬੀ ਹੈ ਉਹਦਾ ਸਭ ਤੋਂ ਵੱਡਾ ਕਾਰਨ ਹੈ ਕਿਉਂਕਿ ਜਿਹੜੇ ਲੋਕ ਨੇ ਉਹ ਅਵੇਅਰ ਨਹੀਂ ਹੈਗੇ ਨੈਕਸਟ ਹੈ ਇਨਕਰੀਜ਼ਿੰਗ ਪ੍ਰਾਈਸਸ ਫਿਰ ਜਿਹੜੀਆਂ ਪ੍ਰਾਈਸਸ ਨੇ ਹਰ ਇੱਕ ਚੀਜ਼ ਦੀਆਂ ਭਾਵੇਂ ਅਸੀਂ ਡੇਲੀ ਰੁਟੀਨ ਦੇ ਵਿੱਚ ਵਸਤਾਂ ਦੀ ਵਰਤੋਂ ਕਰਦੇ ਹਾਂ ਕੁਝ ਖਾਣ ਪੀਣ ਵਾਲੀਆਂ ਚੀਜ਼ਾਂ ਨੇ ਜਾਂ ਕੁਛ ਅਸੀਂ ਕੋਈ ਵੀ ਖਰੀਦ ਰਹੀਆਂ ਚੀਜ਼ ਕਿਸੇ ਵੀ ਸਾਡੀ ਲੋੜਾਂ ਦੇ ਨਾਲ ਸੰਬੰਧਿਤ ਹੈ ਉਹਨਾਂ ਨੇ ਜਿਹੜੀਆਂ ਕੀਮਤਾਂ ਨੇ ਉਹਨਾਂ ਦੇ ਵਿੱਚ ਲਗਾਤਾਰ ਮੀਨਸ ਡੇ ਬਾਈ ਡੇ ਜਿਹੜਾ ਵਾਧਾ ਉਹ ਹੁੰਦਾ ਜਾ ਰਿਹਾ ਹੈ ਫਿਰ ਜਿਹੜੇ ਲੋਕ ਗਰੀਬ ਨੇ ਉਹ ਆਪਣੇ ਜਿਹੜੀਆਂ ਡੇਲੀ ਰੁਟੀਨ ਵਾਲੀਆਂ ਚੀਜ਼ਾਂ ਨੇ ਉਹਨਾਂ ਨੂੰ ਵੀ ਖਰੀਦ ਨਹੀਂ ਸਕਦੇ ਕਿਉਂਕਿ ਜਿਹੜੀਆਂ ਪ੍ਰਾਈਸਸ ਨੇ ਉਹ ਲਗਾਤਾਰ ਵਧ ਰਹੀਆਂ ਨੇ ਤੇ ਉਹਨਾਂ ਕੋਲ ਜਿਹੜਾ ਇਨਕਮ ਆਫ ਸੋਰਸ ਆ ਉਹ ਨਹੀਂ ਹੈ ਨੈਕਸਟ ਹੈ ਲੈਸ ਨੈਸ਼ਨਲ ਇਨਕਮ ਫਿਰ ਜਿਹੜੇ ਸਾਡੀ ਰਾਸ਼ਟਰੀ ਆਮਦਨ ਉਹ ਵੀ ਬਹੁਤ ਜ਼ਿਆਦਾ ਘਟ ਹੈ ਕਿਉਂਕਿ ਜੇਕਰ ਰਾਸ਼ਟਰੀ ਆਮਦਨ ਘਟਿਆ ਤਾਂ ਉਹਦੇ ਨਾਲ ਜਿਹੜੇ ਲੋਕ ਨੇ ਉਹਨਾਂ ਦੇ ਉੱਪਰ ਵੀ ਇਹ ਇਫੈਕਟ ਪੈਂਦਾ ਏ ਨੈਕਸਟ ਹੈ ਸਲੋ ਇਕਨੋਮਿਕ ਗਰੋਥ ਹੁਣ ਸਾਡੇ ਕੰਟਰੀ ਦੀ ਜਿਹੜੀ ਇਕਨੋਮਿਕ ਗਰੋਥ ਹੈ ਉਹ ਵੀ ਬਹੁਤ ਜ਼ਿਆਦਾ ਸਲੋ ਹੈ ਮੀਨ ਜਿਹੜਾ ਆਰਥਿਕ ਵਿਕਾਸ ਹੈ ਉਹਦੀ ਗਤੀ ਘਟ ਹੈ ਹੁਣ ਜੇਕਰ ਆਰਥਿਕ ਵਿਕਾਸ ਦੀ ਗਤੀ ਘਟਿਆ ਤਾਂ ਜਿਹੜੇ ਲੋਕ ਨੇ ਉਹਨਾਂ ਨੇ ਜ਼ਰੂਰਤਾਂ ਦੇ ਉੱਪਰ ਫਿਰ ਇਹ ਜਿਹੜਾ ਇਫੈਕਟ ਹੋ ਪੈਂਦਾ ਏ ਕਿਉਂਕਿ ਜਦੋਂ ਇਕਨੋਮਿਕ ਗਰੋਥ ਸਹੀ ਨਹੀਂ ਹੋ ਰਹੀ ਹੋਏਗੀ ਤਾਂ ਜਿਹੜੇ ਲੋਕ ਨੇ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਲੋੜਾਂ ਨੇ ਉਹ ਪੂਰੀਆਂ ਸਹੀ ਤਰੀਕੇ ਨਾਲ ਨਹੀਂ ਹੋਣਗੀਆਂ ਕਿਉਂਕਿ ਜਦੋਂ ਇੱਕ ਇੱਕ ਕੰਟਰੀ ਇਕਨੋਮਿਕ ਗ੍ਰੋਥ ਕਰਦਾ ਹੈ ਤਾਂ ਲੋਕਾਂ ਦਾ ਜਿਹੜਾ ਇਕਨੋਮਿਕ ਲੈਵਲ ਹੈ ਆਟੋਮੈਟਿਕਲੀ ਅਪ ਹੋਣਾ ਸ਼ੁਰੂ ਹੋ ਜਾਂਦਾ ਹੈ ਨੈਕਸਟ ਹੈ ਕ੍ਰੋਨਿਕ ਅਨਇੰਪਲੋਇਮੈਂਟ ਐਂਡ ਅੰਡਰਇੰਪਲੋਇਮੈਂਟ ਜਿਹੜੀ ਸਾਡੀ ਬੇਰੁਜ਼ਗਾਰੀ ਹੁੰਦੀ ਹੈ ਦੇਸ਼ ਦੇ ਵਿੱਚ ਉਹ ਅਲਪ ਬੇਰੁਜ਼ਗਾਰੀ ਹੈ ਅਲਪਕਾਲ ਮੀਨਜ਼ ਕੋਈ ਜੇਕਰ ਵਿਅਕਤੀ ਜੋਬ ਕਰਦਾ ਹੈ ਤਾਂ ਉਹਦੀ ਜੋਬਸ ਕਿਹੜੇ ਨਹੀਂ ਹੁੰਦੀ ਜੇਕਰ ਕੋਈ ਪ੍ਰਾਈਵੇਟ ਵਰਕ ਕਰ ਰਿਹਾ ਜਾਂ ਇੱਕ ਦਿਨ ਦਿਹਾੜੀ ਤੇ ਚਲਾ ਗਿਆ ਵਿਅਕਤੀ ਤਾਂ ਦੂਸਰੇ ਦਿਨ ਉਹਨੂੰ ਉਮੀਦ ਨਹੀਂ ਹੁੰਦੀ ਕਿ ਮੈਨੂੰ ਨੈਕਸਟ ਟਾਈਮ ਮੀਨਜ਼ ਨੈਕਸਟ ਡੇ ਉਹ ਕੰਮ ਮਿਲੇਗਾ ਜਾਂ ਨਹੀਂ ਮਿਲੇਗਾ ਇਸ ਕਰਕੇ ਜਿਹੜੇ ਲੋਕ ਨੇ ਜਦੋਂ ਉਹਨਾਂ ਨੂੰ ਜਿਹੜਾ ਪਰਮਾਨੈਂਟ ਵਰਕ ਆ ਉਹ ਨਹੀਂ ਮਿਲਿਆ ਹੁੰਦਾ ਭਾਵੇਂ ਪ੍ਰਾਈਵੇਟ ਸੈਕਟਰ ਦੇ ਵਿੱਚ ਗੱਲ ਕਰੀਏ ਸੀ ਭਾਵੇਂ ਕਈ ਵਾਰ ਕੋਈ ਠੇਕੇ ਵਗੈਰਾ ਤੇ ਹੁੰਦਾ ਹੈ ਜਾਂ ਕੋਈ ਵੈਸੇ ਐਗਰੀਮੈਂਟ ਕੋਈ ਕੀਤਾ ਜਾਂਦਾ ਤਾਂ ਇਹਨਾਂ ਨਾਲ ਜਿਹੜੇ ਲੋਕ ਨੇ ਉਹ ਥੋੜੀ ਦੇਰ ਦੇ ਲਈ ਤਾਂ ਕੰਮ ਤੇ ਲੱਗੇ ਹੁੰਦੇ ਆ ਬਟ ਉਹ ਜਿਹੜੀ ਬੇਰੋਜ਼ਗਾਰੀ ਅਲਪਕਾਲ ਦੇ ਵਿੱਚ ਕਾਊਂਟ ਹੁੰਦੀ ਹੈ क्रोनिक अनਇੰਪਲॉयਮੈਂਟ ਜੇ ਕੁਝ ਲੋਕ ਜਿਹੜੇ ਅੰਡਰ ਇੰਪਲॉयਮੈਂਟ ਹੁੰਦੇ ਨੇ ਮੀਨਸ ਨੌਕਰੀ ਕਰ ਰਹੇ ਹੁੰਦੇ ਨੇ ਕੋਈ ਕੰਮ ਕਰ ਰਹੇ ਹੁੰਦੇ ਨੇ ਬਟ ਉਹ ਉਹਨਾਂ ਦਾ ਜਿਹੜਾ ਰੁਜ਼ਗਾਰ ਹੈ ਪਰਮਨੈਂਟ ਨਹੀਂ ਹੁੰਦਾ ਇਹ ਨਾਲ ਵੀ ਜਿਹੜੀ ਗਰੀਬੀ ਹੋ ਵੱਧਦੀ ਹੈ ਕਿਉਂਕਿ ਜਦੋਂ ਵਿਅਕਤੀ ਪੂਰਾ ਟਾਈਮ ਕੰਮ ਤੇ ਲੱਗਿਆ ਰਹੇਗਾ ਤਾਂ ਉਹਦੇ ਕੋਲ ਆਪਣੇ ਜਿਹੜੇ ਰੋਜ਼ਾਨਾ ਲੋੜਾਂ ਦੀ ਪੂਰਤੀ ਕਰਨ ਦੇ ਲਈ ਮਨੀ ਉਹ ਆਉਂਦੀ ਰਹੇਗੀ ਨੈਕਸਟ ਹੈ ਰੂਰਲ ਇਕਨੋਮੀ ਫਿਰ ਜਿਹੜੀ ਸਾਡੀ ਪਿੰਡੂ ਆਰਥਿਕਤਾ ਨੂੰ ਵੀ ਬਹੁਤ ਵੱਡਾ ਜਿਹੜਾ ਸਹਾਰਾ ਉਹਦੀ ਜ਼ਰੂਰਤ ਹੈ ਕਿਉਂਕਿ ਜਿਹੜੇ ਲੋਕ ਪਿੰਡਾਂ ਦੇ ਵਿੱਚ ਰਹਿ ਰਹੇ ਨੇ ਉੱਥੇ ਖੇਤੀਬਾੜੀ ਦੇ ਨਾਲ ਲੋਕ ਜਿਆਦਾ ਜੁੜੇ ਹੋਏ ਨੇ ਤੇ ਉਹਨਾਂ ਲੋਕਾਂ ਨੂੰ ਵੀ ਅਵੇਅਰ ਕਰਨ ਦੀ ਜ਼ਰੂਰਤ ਹੈ ਬਟ ਜਿਹੜੀ ਸਰਕਾਰ ਹੈ ਉਹਨਾਂ ਲੋਕਾਂ ਨੂੰ ਸਹੀ ਤਰੀਕੇ ਨਾਲ ਅਵੇਅਰ ਨਹੀਂ ਕਰ ਸਕਦੀ ਕਿ ਤੁਸੀਂ ਕਿਸੇ ਤਰੀਕੇ ਨਾਲ ਆਪਣੇ ਜਿਹੜੇ ਇਨਕਮ ਦੇ ਸੋਰਸਸ ਨੇ ਉਹਨਾਂ ਨੂੰ ਵਧਾ ਸਕਦੇ ਹੋ ਜਾਂ ਜਿਹੜੇ ਲੋਕ ਨੇ ਉਹ ਵੀ ਪੜੇ ਲਿਖੇ ਨਹੀਂ ਹੈਗੇ ਤੇ ਸਰਕਾਰ ਦੀਆਂ ਜਿਹੜੀਆਂ ਕੋਈ ਵੀ ਸਕੀਮਾਂ ਸਰਕਾਰ ਦੁਆਰਾ ਚਲਾਈ ਜਾਂਦੀਆਂ ਨੇ ਉਹਨਾਂ ਨੂੰ ਸਮਝਣ ਤੋਂ ਉਹ ਅਸਮਰੱਥ ਹੁੰਦੇ ਨੇ ਇਸ ਕਰਕੇ ਵੀ ਉਹ ਆਪਣਾ ਜਿਹੜਾ ਇਨਕਮ ਦਾ ਲੈਵਲ ਆ ਉਹਨੂੰ ਅਪ ਨਹੀਂ ਕਰ ਸਕਦੇ ਨੈਕਸਟ ਹੈ ਕੈਪੀਟਲ ਡੈਫੀਸ਼ੈਂਸੀ ਪੂੰਜੀ ਦੀ ਘਾਟ ਹੁਣ ਜੇ ਖੇਤੀ ਪੂਰੇ ਕੰਟਰੀ ਦੀ ਗੱਲ ਕਰੀਏ ਤਾਂ ਸਾਡਾ ਜਿਹੜਾ ਦੇਸ਼ ਆ ਉਹ ਪੂੰਜੀ ਦੀ ਘਾਟ ਦੇ ਨਾਲ ਵੀ ਯੂਜ਼ ਰਿਹਾ ਹੈ ਇਹਦੇ ਵਿੱਚ ਜਿਹੜੇ ਬਹੁਤੇ ਲੋਕ ਨੇ ਉਹ ਗਰੀਬੀ ਦੀ ਰੇਖਾ ਜਿਹੜੀ ਉਸ ਤੋਂ ਵੀ ਹੇਠਾਂ ਰਹਿ ਰਹੇ ਨੇ ਮੀਨਜ਼ ਜਿਹੜੇ ਲੋਕ ਆਪਣੀ ਜਿਹੜੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਨੇ ਜਿਵੇਂ ਰੋਜ਼ਾਨਾ ਦੀਆਂ ਜ਼ਰੂਰਤਾਂ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਭੋਜਨ ਦੀ ਹੀ ਗੱਲ ਕਰਦੇ ਹਾਂ ਤੇ ਨਾਲ ਨਾਲ ਰਹਿਣ ਦੇ ਲਈ ਥਾਂ ਦੀ ਗੱਲ ਕਰਦੇ ਹਾਂ ਪੈਣਨ ਦੇ ਲਈ ਕੱਪੜਿਆਂ ਦੀ ਗੱਲ ਕਰਦੇ ਹਾਂ ਉਹ ਆਪਣੇ ਇਹ ਤਿੰਨ ਚੀਜ਼ਾਂ ਵੀ ਸਹੀ ਤਰੀਕੇ ਨਾਲ ਅਫੋਰਡ ਨਹੀਂ ਕਰ ਸਕਦੇ ਇਹ ਕਿਉਂ ਹੋ ਰਿਹਾ ਕਿਉਂਕਿ ਜਿਹੜੀ ਕੈਪੀਟਲ ਡੈਫੀਸ਼ੀਐਂਸੀ ਸਾਡੇ ਇੰਡੀਆ ਦੇ ਵਿੱਚ ਪਾਈ ਜਾ ਰਹੀ ਹੈ ਇਹ ਵੀ ਗਰੀਬੀ ਦਾ ਇੱਕ ਵੱਡਾ ਕਾਰਨ ਹੈ ਨੈਕਸਟ ਹੈ ਲੈਕ ਆਫ ਏਬਲ ਐਂਡ ਸਫੀਸ਼ੀਐਂਟ ਐਂਟਰਪ੍ਰੀਨਰਸ਼ਿਪ ਹੁਣ ਮੀਨਜ਼ ਜਿਹੜੇ ਐਂਟਰਪ੍ਰਨਰ ਹੁੰਦੇ ਨੇ ਜਿਹੜੇ ਉਦਮੀ ਹੁੰਦੇ ਨੇ ਕੰਮ ਕਰਨ ਵਾਲੇ ਹੁੰਦੇ ਨੇ ਮੀਨਸ ਕਿਸੇ ਵੀ ਕੰਮ ਦੀ ਸ਼ੁਰੂਆਤ ਕਰਨ ਵਾਲੇ ਉਹ ਸਾਡੇ ਕੋਲ ਕੈਪੇਬਲ ਨਹੀਂ ਹੈਗੇ ਤੇ ਸਫੀਸ਼ੀਐਂਟ ਨਹੀਂ ਹੈਗੇ ਮੀਨਸ ਉਹਨਾਂ ਕੋਲ ਜਿਹੜੀ ਸਹੀ ਯੋਗਤਾ ਨਹੀਂ ਹੈਗੀ ਇਸ ਕਰਕੇ ਜੇ ਉਹ ਕਿਸੇ ਕੰਮ ਦੀ ਸ਼ੁਰੂਆਤ ਕਰਦੇ ਨੇ ਤਾਂ ਉਹ ਉਹ ਸਹੀ ਤਰੀਕੇ ਨਾਲ ਅੱਗੋਂ ਕੰਟੀਨਿਊ ਨਹੀਂ ਕਰ ਸਕਦੇ ਇਹਦੇ ਨਾਲ ਵੀ ਜਿਹੜੀ ਗਰੀਬੀ ਹੋ ਆਉਂਦੀ ਹੈ ਕਿਉਂਕਿ ਪਹਿਲਾਂ ਤਾਂ ਦੇਖੋ ਕੁਝ ਲੋਕਾਂ ਨੂੰ ਕੰਮ ਮਿਲ ਜਾਂਦਾ ਹੈ ਤੇ ਆਪ ਵੀ ਉਹ ਆਪਣਾ ਬਿਜ਼ਨਸ ਸੈੱਟ ਕਰਦੇ ਆ ਬਟ ਉਹ ਸਹੀ ਤਰੀਕੇ ਨਾਲ ਆਪਣਾ ਜਿਹੜਾ ਕੰਮ ਹੈ ਉਹਨੂੰ ਨਹੀਂ ਕਰ ਸਕਦੇ ਤੇ ਉਹਦੇ ਨਾਲ ਜਿਹੜੇ ਲੋਕ ਫਿਰ ਜੁੜੇ ਹੁੰਦੇ ਨੇ ਉਹ ਵੀ ਬੇਰੋਜ਼ਗਾਰ ਹੋ ਜਾਂਦੇ ਨੇ ਨੈਕਸਟ ਹੈ ਲੈਕ ਆਫ ਪ੍ਰੋਪਰ ਇੰਡਸਟਰੀਅਲਾਈਜੇਸ਼ਨ ਸਾਡੇ ਦੇਸ਼ ਦੇ ਵਿੱਚ ਜਿਹੜੀ ਉਦਯੋਗੀਕਰਨ ਹੈ ਉਹਦੀ ਵੀ ਘਾਟ ਹੈ ਕਿਉਂਕਿ ਜਿਹੜੇ ਉਦਯੋਗ ਨੇ ਅਸੀਂ ਬਹੁਤੇ ਨਹੀਂ ਲਗਾਏ ਹੋਏ ਅਸੀਂ ਜਿਹੜੀਆਂ ਸਾਨੂੰ ਰੋਜ਼ਾਨਾ ਸਮਾਨ ਚਾਹੀਦਾ ਉਹ ਅਸੀਂ ਦੂਸਰੇ ਦੇਸ਼ਾਂ ਦੇ ਉੱਪਰ ਡਿਪੈਂਡ ਕਰ ਰਹੇ ਹਾਂ ਉਹਨਾਂ ਦੇਸ਼ਾਂ ਤੋਂ ਅਸੀਂ ਮੰਗਵਾ ਰਹੇ ਹਾਂ ਬਟ ਜੇਕਰ ਜੇ ਇੰਡਸਟਰੀਅਲਾਈਜੇਸ਼ਨ ਹੋਏਗੀ ਦੇਸ਼ ਦੇ ਵਿੱਚ ਤਾਂ ਬਹੁਤੇ ਜਿਹੜੇ ਵਰਕਰਸ ਨੇ ਉਹਨਾਂ ਨੂੰ ਕੰਮ ਉੱਥੇ ਹੀ ਮਿਲ ਜਾਏਗਾ ਤੇ ਜਿਹੜੀ ਗਰੀਬੀ ਹੈ ਉਹ ਕੱਟ ਜਾਏਗੀ ਬਟ lack of proper industrialization ਕਰਕੇ ਇਸਨ ਜਿਹੜੀ ਪਾਵਰਟੀ ਹੈ ਉਹਦੇ ਨਾਲ ਜੂਜ਼ ਰਹੇ ਆ ਨੈਕਸਟ ਹੈ ਆਊਟਡੇਟਡ ਸੋਸ਼ਲ ਇੰਸਟੀਚੂਸ਼ਨ ਫਿਰ ਜਿਹੜੀਆਂ ਸਾਡੀਆਂ ਸੋਸ਼ਲ ਇੰਸਟੀਚੂਸ਼ਨਸ ਨੇ ਸਮਾਜਿਕ ਸੰਸਥਾਵਾਂ ਨੇ ਉਹ ਵੀ ਆਊਟਡੇਟਡ ਨੇ ਮੀਨਸ ਕੇ ਉਹਨਾਂ ਨੂੰ ਅਪਡੇਟ ਨਹੀਂ ਕੀਤਾ ਗਿਆ ਜਿਵੇਂ ਕਿ ਕੋਈ ਵੀ ਕੰਮ ਹੈ ਪੁਰਾਣੇ ਸਿਸਟਮ ਦੇ ਅਕੋਰਡਿੰਗ ਚੱਲ ਰਿਹਾ ਤਾਂ ਉਹਨੂੰ ਉਵੇਂ ਹੀ ਉਹ ਹੁਣ ਤੱਕ ਚੱਲ ਨਹੀਂ ਜਾ ਰਿਹਾ ਉਹਨੂੰ ਮਾਡਰਨਾਈਜੇਸ਼ਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਨੈਕਸਟ ਹੈ ਅੰਡਰ ਯੂਟਿਲਾਈਜੇਸ਼ਨ ਆਫ ਨੈਚੁਰਲ ਰਿਸੋਰਸਸ ਦੇ ਜਿਹੜੇ ਸਾਡੇ ਨੇਚਰਲ ਰਿਸੋਰਸਸ ਨੇ ਉਹ ਵੀ ਅੰਡਰ ਯੂਟਿਲਾਈਜੇਸ਼ਨ ਦੇ ਰਹਿ ਜਾਂਦੇ ਨੇ ਤਾਂ ਵੀ ਜਿਹੜੀ ਸਾਡੇ ਦੇਸ਼ ਦੇ ਵਿੱਚ ਗਰੀਬੀ ਹੈ ਕਿਉਂਕਿ ਕੁਝ ਇਸ ਤਰ੍ਹਾਂ ਦੇ ਸਾਡੇ ਕੋਲ ਨੇਚਰਲ ਰਿਸੋਰਸਸ ਨੇ ਜਿਨ੍ਹਾਂ ਦਾ ਹਾਲੇ ਤੱਕ ਪਤਾ ਨਹੀਂ ਲਗਾਇਆ ਗਿਆ ਤੇ ਜਾਂ ਫਿਰ ਉਹਨਾਂ ਨੂੰ ਲੱਭਣ ਦੀ ਜਿਹੜੀ ਕੋਸ਼ਿਸ਼ ਹੈ ਉਹ ਨਹੀਂ ਕੀਤੀ ਗਈ ਨੈਕਸਟ ਹੈ ਲੈਕ ਆਫ ਵੈਲ ਡਿਵੈਲਪਡ ਮੀਨਸ ਆਫ ਟ੍ਰਾਂਸਪੋਰਟ ਫਿਰ ਜਿਹੜੇ ਮੀਨਸ ਆਫ ਟ੍ਰਾਂਸਪੋਰਟ ਨੇ ਆਵਾਜਾਈ ਤੇ ਸੰਚਾਰ ਦੇ ਸਾਧਨ ਨੇ ਉਹ ਵੀ ਸਾਡੇ ਕੋਲ ਵੈਲ ਡਿਵੈਲਪਡ ਨਹੀਂ ਹੈਗੇ ਹੁਣ ਜਿਵੇਂ ਕਿ ਅਸੀਂ ਗੱਲ ਕਰਦੇ ਹਾਂਗੇ ਜੇਕਰ ਕੋਈ ਖਾਣਾ ਨੇ ਜਿਵੇਂ ਕਿ ਕੋਲੇ ਦੇ ਦਿਆਂ ਲੋਹੇ ਦੀਆਂ ਸੋਨੇ ਦੀਆਂ ਤਾਂ ਅਸੀਂ ਕਿਸੇ ਹੋਰ ਸਟੇਟ ਦੇ ਵਿੱਚ ਭੇਜਣਾ ਤਾਂ ਸਾਡੇ ਕੋਲ ਜਿਹੜੇ ਮੀਨਸ ਆਫ ਟਰਾਂਸਪੋਰਟ ਨੇ ਉਹ ਵੀ ਸਹੀ ਕੰਡੀਸ਼ਨ ਦੇ ਵਿੱਚ ਨਹੀਂ ਹੈਗੇ ਨੈਕਸਟ ਹੈ ਅਨ ਇਕਵਲ ਡਿਸਟ੍ਰਿਬਿਊਸ਼ਨ ਆਫ ਇਨਕਮ ਫਿਰ ਜਿਹੜੀ ਇਨਕਮ ਹੈ ਉਹਦੀ ਵੀ ਅਨ ਇਕਵਲ ਡਿਸਟ੍ਰਿਬਿਊਸ਼ਨ ਹੈ ਮੀਨਸ ਜੇਕਰ ਅਸੀਂ ਕਿਸੇ ਵੀ ਇੰਸਟੀਟਿਊਟ ਦੇ ਵਿੱਚ ਗੱਲ ਕਰੀਏ ਜਾਂ ਕਿਸੇ ਵੀ ਫੈਕਟਰੀ ਕੰਪਨੀ ਦੇ ਵਿੱਚ ਗੱਲ ਕਰੀ ਜਿੰਨੇ ਵੀ ਵਰਕਰਸ ਨੇ ਤਾਂ ਉਹਨਾਂ ਦੀ ਅਸੀਂ ਸੈਲਰੀ ਜੇਕਰ ਦੇਖੀਏ ਜਾਂ ਫਿਰ ਅਸੀਂ ਆਪਣੇ ਕੰਟਰੀ ਦੇ ਵਿੱਚ ਦੇਖੀਏ ਕਿ ਕੁਝ ਲੋਕ ਤਾਂ ਐਦਾਂ ਦੇ ਨੇ ਜਿਨ੍ਹਾਂ ਦੇ ਕੋਲ ਪੈਸਾ ਬਹੁਤ ਜ਼ਿਆਦਾ ਕੁਝ ਮੀਡਲ ਕਲਾਸ ਫੈਮਿਲੀਜ਼ ਨੂੰ ਬਿਲੋਂਗ ਕਰਦੇ ਨੇ ਤੇ ਕੁਝ ਉਹ ਲੋਕ ਨੇ ਜਿਨ੍ਹਾਂ ਕੋਲ ਆਪਣੀ ਜ਼ਰੂਰਤਾਂ ਪੂਰਾ ਕਰਨ ਦੇ ਲਈ ਵੀ ਪੈਸਾ ਨਹੀਂ ਹੈ ਇਸ ਕਰਕੇ ਸਾਡੇ ਦੇਸ਼ ਦੇ ਵਿੱਚ ਕੀ ਹੈ ਵੀ ਜੋ ਇਨਕਮ ਦੀ ਡਿਸਟ੍ਰਿਬਿਊਸ਼ਨ ਹੈ ਉਹ ਅਨ ਇਕੁਅਲ ਹੈ ਮੀਨਸ ਬਰਾਬਰ ਨਹੀਂ ਹੈ ਨੈਕਸਟ ਹੈ ਨੈਚਰਲ ਕਲੈਮਿਟੀਆਂ ਕੁਝ ਜਿਹੜੀਆਂ ਨੈਚਰਲ ਕਲੈਮਿਟੀਆਂ ਵੀ ਇਸ ਤਰ੍ਹਾਂ ਦੀ ਹੁੰਦੀਆਂ ਉਹਦੇ ਨਾਲ ਵੀ ਜਿਹੜੀ ਪਾਵਰਟੀ ਉਹ ਆਉਂਦੀ ਹੈ ਮੰਨ ਲਓ ਕਿਸੇ ਥਾਂ ਤੇ ਸੋਕਾ ਪੈ ਜਾਂਦਾ ਕਿ ਤੇਹਾੜਾ ਆ ਜਾਂਦੇ ਆ ਜਾਂ ਕਿਤੇ ਕੋਈ ਭੁੱਖਮਰੀ ਫੈਲ ਜਾਂਦੀ ਹੈ ਤਾਂ ਉਹਦੇ ਨਾਲ ਵੀ ਜਿਹੜੀ ਇਹ ਗਰੀਬੀ ਹੈ ਉਹ ਆਉਂਦੀ ਹੈ ਨੈਕਸਟ ਹੈ ਕ腐ਪਸ਼ਨ ਕ腐ਪਸ਼ਨ ਵੀ ਸਭ ਤੋਂ ਮੇਨ ਹੈ ਗਰੀਬੀ ਲਿਆਉਣ ਦੇ ਵਿੱਚ ਕਿਉਂਕਿ ਜਿਹੜੇ ਲੋਕ ਕੋਲ ਪੈਸਾ ਹੁੰਦਾ ਉਹ ਕ腐ਪਸ਼ਨ ਦੇ ਨਾਲ ਹੋਰ ਜਿਹੜਾ ਪੈਸਾ ਇਕੱਠਾ ਕਰਦੇ ਰਹਿੰਦੇ ਨੇ ਤੇ ਜਿਹੜੇ ਆਮ ਲੋਕ ਨੇ ਉਹ ਜਦੋਂ ਆਪਣਾ ਕੋਈ ਵੀ ਕੰਮ ਉਹਨਾਂ ਨੇ ਕਰਵਾਉਣਾ ਹੁੰਦਾ ਜਾਂ ਹਰ ਇੱਕ ਫੀਲਡ ਦੇ ਵਿੱਚ ਚੱਲਦੀ ਹੈ ਇਕੱਲਾ ਕੰਮ ਕਰਾਉਣ ਦੇ ਲਈ ਨਹੀਂ ਤਾਂ ਉੱਥੇ ਜਦੋਂ ਕ腐ਪਸ਼ਨ ਚੱਲਦੀ ਹੈ ਤਾਂ ਜਿਹੜਾ ਪੈਸਾ ਉਹ ਜਿੰਨਾਂ ਲੋਕਾਂ ਕੋਲ ਹੁੰਦਾ ਹੈ ਉਹਨਾਂ ਤੋਂ ਘਟ ਕੇ ਜਿਹੜੇ ਉੱਪਰ ਲੋਕ ਨੇ ਜਿਨ੍ਹਾਂ ਕੋਲ ਜ਼ਿਆਦਾ ਆਲਰੇਡੀ ਹੁੰਦਾ ਉਹਨਾਂ ਦੇ ਕੋਲ ਹੋ ਜਾਂਦਾ ਰਹਿੰਦਾ ਹੈ ਤੇ ਜਿਹੜੇ ਕੰਮ ਨੇ ਉਹ ਸਿਸਟੈਮੈਟਿਕਲੀ ਨਹੀਂ ਚੱਲਦੀ ਨੈਕਸਟ ਹੈ ਲੈਕ ਆਫ ਟੈਕਨੀਕਲ ਐਜੂਕੇਸ਼ਨ ਫਿਰ ਆਪਣੇ ਇੰਡੀਆ ਦੇ ਵਿੱਚ ਜਿਹੜੀ ਟੈਕਨੀਕਲ ਐਜੂਕੇਸ਼ਨ ਹੈ ਉਹਦੀ ਵੀ ਘਾਟ ਹੈ ਸਹੀ ਤਰੀਕੇ ਦੀ ਜਿਹੜੀ ਇਹ ਟੈਕਨੀਕਲ ਐਜੂਕੇਸ਼ਨ ਹੈ ਤਕਨੀਕੀ ਸਿੱਖਿਆ ਉਹ ਪ੍ਰੋਵਾਈਡ ਨਹੀਂ ਕੀਤੀ ਜਾ ਰਹੀ ਮੀਨਸ ਜਿਸ ਦੀ ਰਿਕੁਆਇਰਮੈਂਟ ਹੈ ਉਸ ਤਰ੍ਹਾਂ ਦੀ এডਿਕੇਸ਼ਨ ਨਹੀਂ ਹੈ ਲੈਕ ਆਫ ਸਕਿਲਡ ਵਰਕਰਸ ਫਿਰ ਜਿਹੜੇ ਕੰਮ ਕਰਨ ਵਾਲੇ ਵਰਕਰਸ ਨੇ ਉਹ ਵੀ ਸਾਡੇ ਕੋਲ ਸਕਿਲਡ ਨਹੀਂ ਹੈਗੇ ਸਕਿਲਡ ਮੀਨਸ ਜਿਨ੍ਹਾਂ ਕੋਲ ਕੰਮ ਕਰਨ ਦਾ ਹੁਨਰ ਹੋਵੇ ਕਿਉਂਕਿ ਉਹਨਾਂ ਨੂੰ ਸਹੀ ਤਰੀਕੇ ਦੀ ਜਿਹੜੀ ਟ੍ਰੇਨਿੰਗ ਹੈ ਉਹ ਹੀ ਨਹੀਂ ਪ੍ਰੋਵਾਈਡ ਕੀਤੀ ਜਾ ਰਹੀ ਇਸ ਕਰਕੇ ਜਦੋਂ ਕੋਈ ਵੀ ਕੰਮ ਕਿਤੇ ਵੀ ਸ਼ੁਰੂਆਤ ਕੀਤਾ ਜਾਂਦਾ ਜਾਂ ਸ਼ੁਰੂ ਕੀਤਾ ਹੋਇਆ ਉੱਥੇ ਜਿਹੜੇ ਵਰਕਰਸ ਕੰਮ ਕਰਦੇ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਟ੍ਰੇਨਿੰਗ ਦੇਣੀ ਪੈਂਦੀ ਹੈ ਇਸ ਕਰਕੇ ਜਿਹੜੇ ਕੋਈ ਵੀ ਮੈਨੂਫੈਕਚਰ ਹੁੰਦੀਆਂ ਜਾਂ ਕੋਈ ਪ੍ਰੋਡਕਸ਼ਨ ਹੁੰਦੀ ਹੈ ਉਹ ਸਹੀ ਤਰੀਕੇ ਦੀ ਨਹੀਂ ਹੋ ਪਾਉਂਦੀ ਇਨਾਲ ਵੀ ਜਿਹੜੀ ਪਾਵਰਟੀ ਉਹ ਵਧਦੀ ਹੈ ਡੀਅਰ ਸਟੂਡੈਂਟਸ ਏਸੀ ਪਾਵਰਟੀ ਦੇ ਕਿਹੜੇ ਕਿਹੜੇ ਰੀਜਨਸ ਨੇ ਥੈਂਕਸ ਫॉर ਵਾਚਿੰਗ